ਨਾਲ ਸੁਣ ਉਪਦੇਸ਼, ਹਿਰਦੇ ਵਸਾਓ, ਮਨ ਇੱਛੇ ਨਾਨਕ ਫਲ ਪਾਵੋ। ਵਾਹਿਗੁਰੂ ਵਾਹਿਗੁਰੂ। ਚੜ੍ਹਦੀ ਕਲਾ ਚ ਰਹਿ ਕੇ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਵਾਲਾ ਸਲੋਕ ਪਾਤਸ਼ਾਹ ਦਾ ਇੱਕ ਹੀ ਹੈ, ਜੇਬਾ ਉੱਤੇ ਪੜਿਓ, ਜੇਬਾ ਗੁਣ ਗੋਬਿੰਦ ਭਜੋ ਉੱਤੇ ਪੜਿਓ। ਨਹੀਂ ਆਇਆ ਜੀ, ਆ ਜਾਂਦਾ ਕੋਈ ਗੱਲ, ਉਸ ਤਰ੍ਹਾਂ ਬੋਲੋ, ਜੇਬਾ ਗੁਣ ਗੋਬਿੰਦ ਦੇ ਗੀਤ ਆਪਣੀ ਜੀਭਾ ਨਾਲ ਉਹਦਾ ਭਜਨ ਕਰਿਆ ਕਰੋ। ਵੀ ਜਿਨ ਮਾਨਸ ਤੇ ਦੇਵ ਤੇ ਕੀ ਏ ਤੇ ਕਰਤ ਨਾ ਲਾਗੀ ਵਾਰ। ਸਾਹਿਬ ਕਹਿੰਦੇ ਉਸ ਮਾਲਕ ਦੇ ਗੀਤ ਭਜਨ ਕਰਿਆ ਕਰ, ਸਿਮਰਨ ਕਰਿਆ ਕਰ। ਜੇਬਾ ਗੁਣ ਗੋਬਿੰਦ ਭਜੋ, ਅੱਗੇ ਆਉਂਦਾ ਕਰਨ ਸੁਣੋ ਹਰ ਨਾਮ, ਕਰਨ ਸੁਣੋ ਹਰ ਨਾਮ। ਕਰਨ ਕਿਹਨੂੰ ਕਹਿੰਦੇ ਜੀ? ਜੀਭਾ ਨਾਲ ਉਸ ਮਾਲਕ ਦਾ ਭਜਨ ਕਰਿਆ ਕਰ ਤੇ ਕੰਨਾਂ ਨਾਲ ਉਹਦਾ ਨਾਮ ਸੁਣਿਆ ਪਰ। ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਉ ਨਾਨਕ ਸੁਣ ਰੇ ਮਨ, ਪਰੇ ਨਾ ਜਮ ਕੈ ਧਾਮ, ਪਰੇ ਨਾ ਜਮ ਕੈ ਧਾਮ। ਦਾ ਮਤਲਬ ਹੁੰਦਾ ਥਾਂ ਥਾਂ ਧਾਮ ਧਾਮ। ਆਂਦੇ ਜੇ ਤੂੰ ਇਹ ਕੁਝ ਕਰੇਗਾ ਵੀ ਜੀਭਾਂ ਨਾਲ ਵਾਹਿਗੁਰੂ ਜਪੇਗਾ, ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸੁਣੇਗਾ, ਤੇ ਮੇਰਿਆ ਇਹ ਥੋੜੀ ਜਿਹੀ ਬਰੀਕੀ ਹੋਰ ਫੜੋ। ਇਹ ਜਿਹੜੇ ਨਾਵੇਂ ਪਾਤਸ਼ਾਹ ਦੇ ਸਲੋਕ ਹੈ, ਇੱਥੇ ਮਨ ਦਾ ਭੋਗ ਪਾਇਆ। ਕੋਈ ਗੱਲ ਤਾਨਾ ਨਹੀਂ ਕੀਤੀ। ਹਰ ਸਲੋਕ ਵਿੱਚ ਸੁਣ ਰੇ ਮਨਾ, ਸੁਣ ਰੇ ਮਨਾ, ਜੇ ਕੋਈ ਥੌੜੇ ਇੱਕ ਚੀਜ਼ 'ਤੇ ਹੀ ਮਾਰੀ ਜੀਦੇ ਆ, ਵੱਟ ਵੱਟ ਕੇ ਵੱਟ ਵੱਟ ਕੇ। ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ? ਇੱਕੇ ਚੀਜ਼ ਨੂੰ ਕੁੱਟੀ ਜੀ ਦਾ ਕਿਹਨੂੰ ਕੁੱਟਿਆ? ਕੁੱਟਣ ਸੋਏ ਬੋਲੋ, ਕੁੱਟਣ ਸੋਏ ਬੋਲੋ, ਜੋ ਮਨ ਕੋ ਕੁੱਟੈ, ਜੋ ਕੁੱਟਣਾ ਕਿਹਨੂੰ ਆ? ਮਨ ਨੂੰ ਕੁੱਟਣਾ। ਆਖਿਆ ਜੀ ਮਨ ਨੂੰ, ਬੱਚੇ ਨੂੰ ਕੁੱਟਦੇ ਨੇ ਲੋਕੀ, ਔਰਤ ਨੂੰ ਕੁੱਟਣ ਲੱਗ ਪੈਂਦੇ ਲੋਕੀ। ਆਖੋ ਵਾਹਿਗੁਰੂ। ਕੁੱਟਣ ਸੋਏ ਜੋ ਮਨ ਕੋ ਕੁੱਟੈ, ਮਨ ਕੂਟੇ ਤੋ ਜਮ ਤੇ ਛੁੱਟੇ। ਕਿੱਡਾ ਸੁਣ ਆ ਗਿਆ ਉੱਤੇ? ਮਨ ਕੂਟੇ ਤੋ, ਜਿਨ੍ਹਾਂ ਜਿਨ੍ਹਾਂ ਮਨ ਨੂੰ ਕੁੱਟਿਆ ਨਾ, ਉਹ ਜਮਾ ਤੋਂ ਛੁੱਟ ਗਏ। ਵਾਹਿਗੁਰੂ ਵਾਹਿਗੁਰੂ। ਇਹ ਚੋਟਾਂ ਜੇ ਮਨ ਦੇ ਉੱਤੇ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਮੈਂ ਫੇਰ ਕਿੰਨਾ ਝੂਮ ਕੇ ਪੜ, ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਉ ਨਾਨਕ ਸੁਣ ਰੇ ਮਨ, ਪਰੇ। ਅਗਲਾ ਬਚਨ ਸਰਕਾਰ ਨੇ ਹੋਰ ਪਿਆਰਾ, ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ,
ਜਿਹੜਾ ਬੰਦਾ ਆਪਣੇ ਅੰਦਰੋਂ ਮਮਤਾ ਛੱਡ ਦਿੰਦਾ ਏ, ਲੋਭ ਛੱਡ ਦਿੰਦਾ ਏ, ਮੋਹ ਛੱਡ ਦਿੰਦਾ ਏ ਤੇ ਹੰਕਾਰ ਛੁੱਟ ਜੂ। ਨਿਮਕ ਨਿਮਕ ਕਰ ਸਰੀਰ ਕਟਾਵੇ। ਇੱਕ ਪੀਰ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜੇ ਟਿਕੇ ਹੋ ਤੇ ਵੀ ਸਾਹਿਬ ਜੀ ਤੁਸੀਂ ਪੰਜਾਂ ਸ਼ੈਤਾਨਾਂ ਦਾ, ਪੰਜਾਂ ਸ਼ੈਤਾਨ ਆਖਿਆ ਇਹਨਾਂ ਨੂੰ, ਇਹਨਾਂ ਦਾ ਬੜਾ ਜ਼ਿਕਰ ਕੀਤਾ ਆਪਣੇ ਬੋਲਾਂ ਦੇ ਵਿੱਚ, ਕਾਮ ਕਰੋ ਲੋਮ ਓਹਕਾਰ ਦਾ, ਇਹਨਾਂ ਪੰਜਾਂ ਚੋਂ ਬਲੀ ਕਿਹੜਾ ਹੈ? ਮੈਂ ਤੁਹਾਨੂੰ ਪੁੱਛਦਾ, ਹੰਕਾਰ। ਆਖੋ ਵਾਹਿਗੁਰੂ। ਬੀਬੀਓ ਤੁਸੀਂ ਦੱਸੋ ਹੰਕਾਰ। ਵੇਖੋ ਇੱਕ ਕਮਾਲ ਦੀ ਅਜੀਬ ਕਹਾਣੀ ਵੇਖਿਓ। ਹੁਣ ਜਿਹਨੂੰ ਮੈਂ ਪੁੱਛੂੰਗਾ, ਜਿਹਨੂੰ ਜਿਹੜੀ ਚੀਜ਼ ਸਤਾਉਂਦੀ ਹੈ ਨਾ, ਨਹੀਂ ਪਤਾ ਲੱਗ, ਜਿਹਨੂੰ ਜਿਹੜੀ ਚੀਜ਼ ਤੰਗ ਕਰਦੀ ਉਹਨੇ ਉਹਦਾ ਨਾਂ ਲੈਣਾ ਜੀ। ਜੇ ਹੰਕਾਰ ਕਿਸੇ ਨੂੰ ਤੰਗ ਕਰਦਾ ਹੈ, ਜੇ ਕਾਮ ਤੱਕ ਤੰਗ ਕਰਦਾ ਹੈ, ਜੇ ਕਾਂ ਲੋਭ ਮੋਹ ਅੰਗ, ਜਿਹੜਾ ਵੀ ਕੋਈ ਚੀਜ਼ ਕਿਸੇ ਨੂੰ ਤੰਗ ਕਰਦੀ, ਉਹਨੇ ਕਹਿਣਾ ਜੀ ਆਹ ਚੀਜ਼ ਬਹੁਤ ਬਲੀ ਆ, ਮੇਰੇ ਕੋਲ ਕਾਬੂ ਨਹੀਂ ਆਉਂਦੀ। ਜਦੋਂ ਪੀਰ ਨੇ ਪੁੱਛਿਆ ਗੁਰੂ ਨਾਨਕ ਸਾਹਿਬ ਨੂੰ, ਆਖੋ ਵਾਹਿਗੁਰੂ, ਮਹਾਰਾਜ ਨਾ ਪੰਜਾਂ ਦੇ ਵਿੱਚੋਂ ਬਲੀ ਕੌਣ ਆ? ਹੈ ਤੇ ਪੰਜੇ ਹੀ ਬੜੇ ਬਲੀ। ਆਖੋ ਵਾਹਿਗੁਰੂ। ਸਾਹਿਬ ਗੁਰੂ ਨਾਨਕ ਸਾਹਿਬ ਨੇ ਜੋ ਫੈਸਲਾ ਦਿੱਤਾ, ਸੁਣੋ ਮੇਰੀਆਂ ਧੀਆਂ ਵੀਰ ਗੁਰਸਿੱਖ, ਗੁਰੂ ਨਾਨਕ ਸਾਹਿਬ ਨੇ ਫੈਸਲਾ ਦਿੱਤਾ ਪੀਰ ਜੀ, ਪੰਜਾਂ ਦੇ ਵਿੱਚੋਂ ਮੋਹ ਆ ਨਾ ਜਿਹੜਾ, ਮੋਹ ਇਹ ਸਭ ਤੋਂ ਵੱਡਾ ਪ੍ਰਬਲ ਆ। ਇਹ ਮਰਨ ਵੇਲੇ ਵੀ ਤੰਗ ਕਰਦਾ, ਮਰਨ ਵੇਲੇ ਵੀ, ਜਦੋਂ ਬੰਦਾ ਮੰਜੇ ਤੇ ਡਿੱਗ ਪਿਆ ਹੰਕਾਰ ਕਾਹਦਾ, ਜਦੋਂ ਬੰਦਾ ਮੰਜੇ ਤੇ ਡਿੱਗ ਪਿਆ ਲੋਭ ਕਾਹਦਾ, ਜਦੋਂ ਬੰਦਾ ਕ੍ਰੋਧ ਵਾਸ਼ਨਾ ਇਹ ਸਭ ਪਿੱਛੋਂ ਜਦੋਂ ਮੰਜੇ ਤੇ ਡਿੱਗ ਪਿਆ ਵੀ ਹੁਣ ਮੈਂ ਚਲੇ ਜਾਣਾ ਹੈ, ਜਾਣ ਦੀ ਘੜੀ ਚ ਵੀ ਕਹਿੰਦਾ ਮਿੰਟੂ ਨੂੰ ਬੁਲਾਇਓ, ਮੇਰੇ ਕੋਲੋਂ ਸੈਨ ਕਰਾ ਲੈ, ਫਲਾਣੀ ਰਜਿਸਟਰੀ ਦੇ ਮੇਰੇ ਕੋਲੋਂ ਮੱਸਿਆ ਚੱਲੇ ਵੀ ਮੁੜ ਕੇ ਆਉਣਾ ਦੁਬਾਰਾ। ਮਗਰ ਚੀਜ਼ਾਂ ਦਾ ਮੋਹ ਉਦੋਂ ਵੀ ਖਿੱਚ ਰਿਹਾ ਵੀ ਮੈਂ ਪੋਤਰੇ ਦੇ ਦਰਸ਼ਨ ਕਰ ਲਾਂ, ਮਿੰਟੂ ਨੂੰ ਸੈਨ ਕਰਦਾ, ਕੋਈ ਹੋਰ ਨਾ ਕਬਜ਼ਾ ਕਰ ਲੈ, ਇਹ ਚੀਜ਼ ਕੀ ਹੈ? ਮੋਹ ਸਤਾਉਂਦਾ ਹੈ। ਮੇਰੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਹ ਛੱਡ ਦਿੰਦਾ, ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਉ ਨਾਨਕ ਆਪਣ ਤਰੈ ਔਰ ਨ ਲੇਤ ਉਧਾਰ। ਆਪ ਤੇ ਉਹ ਤਰਦਾ ਹੀ ਆ, ਜੋ ਪ੍ਰਾਣੀ ਮਮਤਾ ਤਜੈ ਤੇ ਲੋਭ ਮੋਹ, ਜਿਹੜਾ ਇਹ ਚੀਜ਼ਾਂ ਛੱਡ ਦਿੰਦਾ ਆਪ ਤਰਦਾ ਤੇ ਹੋਰਨਾਂ ਦਾ ਭਲਾ ਕਰ ਜਾਂਦਾ ਹੈ। ਆਖੋ ਵਾਹਿਗੁਰੂ। ਬੜੇ ਸੋਹਣੇ ਅੱਗੇ ਆਖਣਗੇ ਬਚਨ ਸਾਹਿਬ ਜੀ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ। ਕਦੋਂ ਦੇ ਸੁਣ ਡਏ ਹੋ ਇਹ ਬੋਲ? ਕਦੋਂ ਦੇ ਸੁਣ ਡਏ ਹੋ? ਕਸੀ ਕਦੀ ਇਸ ਜਗਤ ਨੂੰ ਸੁਪਨੇ ਵਾਂਗੂ ਵੇਖਿਆ? ਸੁਪਨੇ ਜਿਉਂ ਜਗ ਪਛਾਣ ਕਾਹੇ ਪਰ ਕਰਤਮਾਨ, ਜਾਂ ਜਗ ਜੀਵਨ ਐਸਾ, ਬੋਲੋ, ਜਗਤ ਦਾ ਜੀਵਨ ਇਸ ਤਰ੍ਹਾਂ ਦਾ ਸੁਪਨੇ ਜੈਸਾ, ਬੋਲੋ, ਇਹ ਜਗਤ ਦਾ ਜੀਵਨ ਇੱਕ ਸੁਪਨਾ ਹੈ। ਤੁਸੀਂ ਕਦੀ ਇਹ ਸ਼ਬਦ ਵੀ ਸੁਣਦੇ ਹੋ, ਇਹ ਜੋ ਦੁਨੀਆ ਸਹਿਰ ਨਹੀਂ ਜੀ, ਕਿਤਨਾ ਸਿਹਰ, ਸੱਸੇ ਨੂੰ ਸਿਹਾਰੀ, ਹਾਹਾ ਰਾਰਾ ਸਿਹਰ, ਹੱਥ ਖੜਾ ਕਰਕੇ ਕੀ ਉਹ ਦੱਸੋ ਸਿਹਰ ਦਾ ਮਤਲਬ? ਸ਼ਬਦ ਤਾਂ ਸੁਣਦੀਆਂ ਭਾਈ ਰਜਿੰਦਰ ਸਿੰਘ ਨੇ ਗਾਇਆ ਤੇ ਨਾਲ ਝੂਮਦੇ ਆਪਾਂ ਬੜੇ। ਸਿਹਰ ਜਾਦੂਗਰ, ਇਹ ਜਿਹੜਾ ਸਾਰਾ ਜਗਤ ਤੁਹਾਨੂੰ ਐਡੀਲੇਡ ਦਿਸ ਰਿਹਾ ਨਾ, ਜਾਂ ਆਸਟ੍ਰੇਲੀਆ ਦਿਸ ਰਿਹਾ, ਜਾਂ ਦੁਨੀਆ ਵਸਦੀ ਦਿਸਦੀ, ਪਕੜ ਰਹੇ ਹੋ? ਮੇਰਾ ਗੁਰੂ ਕਹਿੰਦਾ ਹੈ ਜਾਦੂਗਰ ਦਾ ਖੇਲ ਹੀ ਨਹੀਂ ਪਤਾ ਲੱਗਦਾ ਕੀ ਹੈ, ਮੈਜਿਕ ਕਹਿੰਦੇ ਹੋ। ਇਹ ਸਾਰਾ ਉਹਨੇ ਜਾਦੂ ਦੀ ਇੱਕ ਖੇਡ ਬਣਾਈ, ਇਹਦੇ ਚੋਂ ਸੱਚ ਕੁਛ ਨਹੀਂ ਹੋਏਗਾ। ਤੁਹਾਡੇ ਪਿੰਡਾਂ ਦੇ ਵਿੱਚ ਤੇ ਮੇਰੇ ਪਿੰਡਾਂ ਵਿੱਚ ਜਦੋਂ ਜਾਦੂਗਰ ਆਉਂਦੇ ਸੀ, ਆਖੋ ਵਾਹਿਗੁਰੂ, ਚੋਪੀ ਨਾ ਹੋ ਕੇ ਬੈਠੇ ਰਹੋ, ਇੱਕ ਵਾਰ ਮੂੰਹ ਹਿਲਾ ਲਈਏ, ਬੋਲੋ ਵਾਹਿਗੁਰੂ ਵਾਹਿਗੁਰੂ। ਇੱਕ ਵਾਰ ਕਹਿਣ ਦੀ ਵੀ ਬੜੀ ਪਾਵਰ ਹੈ, ਇੱਕ ਵਾਰ ਜਿਨ ਤੁਮੇ ਸੰਭਾਰਾ, ਜਿਨ ਨਰ ਨਾਮ ਤੁਹਾਰੋ ਕਹਾ, ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ,
ਪਿੰਡ ਵਿੱਚ ਜਦੋਂ ਆਪਾਂ ਹੁੰਦੇ ਹਾਂ ਨਿੱਕੇ ਨਿੱਕੇ ਇਹਨਾਂ ਬੱਚਿਆਂ ਜਿਹੜੇ ਤੇ ਪਿੰਡ ਚੋਂ ਡੁੱਗ ਡੁੱਗੀ ਆਣ ਕੇ ਵਜਾਉਂਦਾ ਸੀ ਜਾਦੂਗਰ, ਕਹਿੰਦਾ ਆਓ ਤੁਹਾਨੂੰ ਜਾਦੂ ਦਾ ਖੇਲ ਵਿਖਾਵਾਂ। ਅਸੀਂ ਕਹਿੰਦੇ ਸਾਂ ਵੀ ਇੱਕ ਪ੍ਰੈਸ ਕੱਢ, ਕਿਹਨੂੰ? ਤੇ ਉਹਦੇ ਕੋਲ ਇੱਕ ਖਾਲੀ ਝੋਲਾ ਹੁੰਦਾ ਸੀ, ਉਹਨੂੰ ਇਸ ਤਰ੍ਹਾਂ ਕਰਕੇ ਝਾੜ ਦਿੰਦਾ ਸਾਡੇ ਸਾਹਮਣੇ। ਜੁੜੇ ਹੋ, ਸੁਣ ਰਹੇ ਹੋ? ਇਸ ਤਰ੍ਹਾਂ ਕਰਕੇ ਨਾ ਝੋਲੇ ਨੂੰ, ਤੇ ਐਂ ਕਰਦਾ ਸੀ, ਬਿਲਕੁਲ ਖਾਲੀ ਕਰਕੇ ਝਾੜ ਦਿੰਦਾ ਏ। ਕੋਈ ਚੀਜ਼ ਨਹੀਂ ਸੀ ਵਿੱਚ ਹੁੰਦੀ, ਮਗਰ ਕਮਾਲ ਦੀ ਕਹਾਣੀ। ਜਦੋਂ ਕਹਿਣਾ ਪ੍ਰੈਸ ਕੱਢ, ਤੇ ਉਹਨੇ ਜੋ ਆਪਣਾ ਮੰਤਰ ਜੰਤਰ ਪੜ੍ਹ ਕੇ ਵਿੱਚ ਹੱਥ ਪਾਉਣਾ ਤੇ ਪ੍ਰੈਸ ਕੱਢ ਲਿਆਉਣੀ। ਅਸੀਂ ਕਹਿਣਾ ਤੂੰ ਘੜੀ ਕੱਢ ਕੇ ਵਿਖਾ, ਉਹਨੇ ਘੜੀ ਕੱਢ ਲਿਆਉਣੀ। ਤੁਸੀਂ ਮੈਂ ਵਹਿੰਦੇ ਰਹੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਖੇਲ, ਤੇ ਉਹਨੇ ਇੱਕ ਟੇਬਲ ਤੇ ਸਜਾ ਦੇਣਾ ਸਭ ਕੁਛ। ਤੇ ਸਾਡੇ ਵਰਗਿਆਂ ਨੇ ਵਿੱਚੋਂ ਸੋਚਣਾ ਵੀ ਘੜੀ ਲੈ ਕੇ ਨਿਕਲ ਜਾਈਏ, ਇਹਦਾ ਧਿਆਨ ਪਰਲੇ ਪਾਸੇ ਨੂੰ ਹੁੰਦਾ ਸੀ ਕਿ ਨਹੀਂ? ਬੋਲੋ ਨਾ, ਵੇਖੋ ਮੇਰੀ ਉਮਰ ਦੇ ਵੀ ਬਿੱਠੇ ਸਿਰ ਲਾਓ ਥੋੜਾ ਬਜਾ, ਮੈਨੂੰ ਦੱਸੋ। ਇਸ ਤਰ੍ਹਾਂ ਕਰਦੇ ਸਨ ਵੀ ਜਾਂ ਤੇ ਪ੍ਰੈਸ ਲੈ ਜਾਈਏ ਚੋਰੀ, ਜਾਂ ਘੜੀ ਕੋਈ ਚੁੱਕ ਕੇ ਲੈ ਜਾਈਏ। ਕਈ ਤੇ ਪਿੰਡਾਂ ਦੇ ਲੋਕ ਇੱਥੋਂ ਤੱਕ ਵੀ ਕਰਦੇ ਸੀ, ਕਹਿੰਦੇ ਬਾਬਾ ਸ਼ਰਾਬ ਦੀ ਬੋਤਲ ਕੱਢ, ਤੇ ਉਹ ਸ਼ਰਾਬ ਦੀ ਬੋਤਲ ਵਿੱਚੋਂ ਕੱਢ ਦਿੰਦਾ ਸੀ, ਤੇ ਉਹ ਇਹ ਸੋਚ ਬੈਠੇ ਹੁੰਦੇ ਸੀ ਇਹਦਾ ਪਰੇ ਨੂੰ ਧਿਆਨ ਹੋਵੇ ਤੇ ਮੈਂ ਚੁੱਕ ਕੇ ਜਾਵਾਂ। ਸੁਣੋ ਹੁਣ ਮੈਂ ਜੋ ਕਹਿਣਾ ਚਾਹੁੰਦਾ, ਹੱਸ ਰਸ ਹੋ ਗਿਆ। ਹੁਣ ਉਹ ਸਾਰੀਆਂ ਚੀਜ਼ਾਂ ਜਿੰਨੇ ਜਿੰਨੇ ਚੁੱਕ ਕੇ ਆਪਣੀ ਜੇਬ 'ਚ ਘੜੀ ਪਾ ਵੀ ਲਈ, ਤੇ ਜਦੋਂ ਘਰ ਨੂੰ ਜਾਣ ਲੱਗਾ ਤੇ ਘੜੀ ਵਿੱਚ ਨਹੀਂ। ਇਹਦੀ ਇਹੀ ਕਹਾਣੀ ਹੁੰਦੀ। ਆ ਜੋ ਦੁਨੀਆਂ ਦੇ ਉੱਤੇ ਪੁੱਤ ਪੋਤਰੇ ਧੀਆਂ ਪਰਿਵਾਰ ਸਾਰਾ ਤੁਹਾਨੂੰ ਦਿਸ ਰਿਹਾ, ਇਹ ਜਾਦੂਗਰ ਨੇ ਕੱਢ ਕੇ ਤੁਹਾਡੇ ਸਾਹਮਣੇ ਰੱਖਿਆ। ਤੁਸੀਂ ਜੱਫੀਆਂ ਪਾ ਕੇ ਬੈਠੇ ਵੀ ਮੈਂ ਨਾਲ ਹੀ ਲੈ ਜਾਣਾ ਸਭ ਕੁਛ, ਜਾਇਦਾਦਾਂ ਪ੍ਰੋਪਰਟੀਆਂ ਮੈਂ, ਤੇ ਜਾਣ ਲੱਗਾ ਕੋਈ ਪਤਾ ਲੱਗ ਰਿਹਾ ਕਿ ਨਹੀਂ? ਇਹ ਜੋ ਦੁਨੀਆਂ, ਉੱਚੀ ਬੋਲੋ, ਇਹ ਜੋ ਦੁਨੀਆਂ ਦਸਤਗੀਰੀ ਨਾਏ, ਦਸਤਗੀਰੀ, ਦਸਤ ਕਹਿੰਦੇ ਹੱਥ, ਗਿਰੀ ਕਹਿੰਦੇ ਆਉਣਾ। ਇਹ ਹੱਥ ਵਿੱਚ ਆਉਣ ਵਾਲੀ ਚੀਜ਼ ਨਹੀਂ ਜੋ ਜੋ ਇੱਥੇ ਦਿਸ ਰਿਹਾ ਤਮਾਚਾ। ਇੱਥੇ ਵੀ ਸਾਹਿਬ ਜੀ ਅੱਜ ਕਹਿੰਦੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ, ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਦੋ ਤਰ੍ਹਾਂ ਦਾ ਸੁਪਨਾ ਹੁੰਦਾ ਜੇ, ਥੱਕ ਤੇ ਨਹੀਂ ਗਏ, ਜਿਹਦੇ ਟਿਕੇ ਉਹ ਫਿਰ ਤੇ ਨਹੀਂ ਥੱਕਦੇ, ਤੇ ਜੇ ਮਨ ਦੇ ਵਿੱਚ ਦੋ ਦੋ ਵਿਚਾਰ ਚੱਲਣ ਡੀਆਂ ਹੋਈਆਂ ਨਾ, ਤੇ ਫਿਰ ਬਾਰ ਬਾਰ ਘੜੀ ਵੱਲ ਵੇਖੋਗੇ, ਮੈਨੂੰ ਪਤਾ ਲੱਗ ਜਾਣਾ ਜੇ। ਆਖੋ ਵਾਹਿਗੁਰੂ। ਦੋ ਤਰ੍ਹਾਂ ਦਾ ਸੁਪਨਾ ਹੁੰਦਾ ਜੀ, ਤੁਹਾਨੂੰ ਤੇ ਪਤਾ ਹੀ ਹੋਊ ਪੜਿਆ ਲਿਖਿਆ ਗੁਰਸਿੱਖਾਂ ਨੂੰ, ਕਿਹੜਾ ਕਿਹੜਾ ਦੱਸੋ ਭਲਾ। ਆਖੋ ਵਾਹਿਗੁਰੂ। ਵੈਰੀ ਗੁੱਡ, ਵੈਰੀ ਗੁੱਡ। ਇਹੋ ਮੈਂ ਕਹਿਣਾ ਸੀ, ਇੱਕ ਖੁੱਲੀ ਅੱਖ ਦਾ ਸੁਪਨਾ ਜਿਹੜਾ ਤੁਸੀਂ ਖੁੱਲੀ ਅੱਖ ਨਾਲ ਵੇਖ ਰਹੇ ਹੋ ਵੀ ਇੱਕ ਆਖੋ ਵਾਹਿਗੁਰੂ, ਜਿਹੜਾ ਖੁੱਲੀ ਅੱਖ ਨਾਲ ਦਿਸ ਰਿਹਾ ਵੀ ਇੱਕ ਸੁਪਨਾ ਹੈ। ਚੱਲ ਤੂੰ ਹੁਣ ਇੱਧਰ, ਜਿਹੜਾ ਖੁੱਲੀ ਅੱਖ ਨਾਲ ਦੇਖ ਰਹੇ ਹੋ ਇਹ ਸੁਪਨਾ ਉਦਣ ਤੋਂ ਸ਼ੁਰੂ ਹੋਇਆ ਜਦੋਂ ਤੋਂ ਅੱਖ ਖੁੱਲੀ। ਧਿਆਨ ਦਿਓ ਜੀ, ਜਦੋਂ ਤੋਂ ਅੱਖ ਖੁੱਲੀ, ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਉਦੋਂ ਅੱਖ ਬੰਦ ਸੀ, ਉਦੋਂ ਕੋਈ ਸੁਪਨਾ ਨਹੀਂ ਸੀ। ਭੈਣ ਤੂੰ ਚੌਂਕੜਾ ਮਾਰੇਂਗੀ? ਆਹ ਮੇਰੀ ਭੈਣ ਸਾਹਮਣੇ ਵੀ ਹਾਂ, ਮੈਂ ਵੇਖਦਾ ਕਿਤੇ ਇਸ ਤਰ੍ਹਾਂ ਬੈਠੋ, ਤੇ ਜਦੋਂ ਮਾਂ ਦੇ ਪੇਟ ਵਿੱਚੋਂ ਬਾਹਰ ਆਇਆ ਅੱਖ ਖੁੱਲੀ, ਇਹਨੇ ਕੁਛ ਵੇਖਿਆ, ਸੁਪਨਾ ਸ਼ੁਰੂ ਹੋਇਆ। ਮਾਂ ਵੇਖੀ, ਮਾਸੀ ਵੇਖੀ, ਪਿਓ ਵੇਖਿਆ, ਐਸਾ ਗਹਿਰਾ ਸੁਪਨਾ ਹੋਇਆ। ਇਹ ਸੁਪਨਾ ਇੰਨਾ ਲੰਮਾ ਹੋ ਗਿਆ, 90 ਸਾਲ ਦਾ, 100 ਸਾਲ ਦਾ ਹੋ ਗਿਆ, ਆਉਣ ਸੁਪਨਾ ਹੀ ਡਿਆ ਹੈ। ਅੱਖ ਵਾਹਿਗੁਰੂ, ਆਉਣ ਜਦੋਂ ਅੱਖ ਖੁੱਲਣ ਲੱਗੀ, ਬੰਦ ਸੀ ਉਦੋਂ ਕੁਛ ਵੀ ਨਹੀਂ ਸੀ ਪਤਾ ਲੱਗਾ ਕੁਝ, ਉਦੋਂ ਅੱਖ ਖੁੱਲੀ ਤੇ ਮਾਂ ਵੇਖੀ, ਮਾਸੀ ਵੇਖੀ, ਚਾਚਾ ਵੇਖੇ, ਪਕੜ ਰਹੇ ਹੋ ਨਾ ਜੀ? ਅੱਖ ਵਾਹਿਗੁਰੂ। ਇੱਕ ਦਿਨ ਇਹ ਸੁਪਨਾ ਟੁੱਟਾ, ਜਿਹਦੇ ਨਾਲ ਅੱਖ ਜਦੋਂ ਆਇਆ ਸੀ ਉਦੋਂ ਵੀ ਕੁਛ ਨਹੀਂ ਸੀ, ਅੱਖ ਖੁੱਲੀ ਤੇ ਬਹੁਤ ਕੁਝ ਮਿਲ ਗਿਆ, ਅੱਖ ਬੰਦ ਹੋ ਗਈ ਸਭ ਕੁਛ ਘੁਸ ਗਿਆ।
सुपने च जिस तरह तुसी सौंदे हो अखो वाहेगुरु अख बंद हो जाती सुपना शुरू हो जाता तो तुसी वेखदे हो कि तुसी किसे पलंग ते बैठे हो सुते थले ही हो अखो वाहेगुरु तुसी सुपने विच बादशाह बन गए हो मगर कपड़े फटे ही ने अखो वाहेगुरु बोलो मैं की क्या कपड़े गरीबी टूटी जुती है मगर सुपने दे विच सुते पे इस तरह लग रहा भी मैं बादशाह बन गया सुपने च वेख भी रहा है मैं पलंग ते बैठा तख्त ते बैठा कई बंदे मेरे अगे सलूट मारन वाले बैठे ने कद किन्ना चिर नहीं नहीं अख जिन्ना चिर बंद आ अख खुली फिर टुटी मंजी से पिया है सचमुच ही सजनो जिदन कदी सुपना टुटो खाली हाथ आए सो ते खाली हाथ जाओगे ऐ सारा कुछ तुहाडा जिहड़ा आस्ट्रेलिया है ना तुहानू सुपने च मिले है मैं नहीं कहिंदा तुहानू भी तुसी इहनू किसे झूठ मन के कुछ अहमियत ही ना दो सुपने दे विच जाग पए हो जाग सकदे हो आखो वाहिगुरु मैं एक साधु नू पुछिया इतना सोहनी तरह सोहना सिंह से गुरु के काली पग वाला इतना सोहनी तरह बैठ मैं साधु नू पुछिया मैं जी सुपना टुट सकदा जिउंदे जी सुपना टुट सकदा कहिंदा हां पुत टुट सकदा मैं कितना कहिंदे जो बंदा सौण लगे ना एक दा सिक्का लैके मुठ विच सौवे बड़ा गहरा जे मैं आ बच्चों का ता ही कहना भी वेखो मैं टाइम तो पूरा करना नहीं मैं तो सोचना एक एक जो इंजैक्शन ला दिए तो उस कड़ी अगला कहना ना मेरे ढिड पीड़ हट गई आ साड़ी भी कदी गुरु कृपा करे होमे मिटे ईरखा मिटे द्वैत मिटे ये टीका इंजैक्शन साढ़े अंदर चल जाए ये मेरी ये भावना है आखो वाहेगुरु आंदा तुसी सुनियो नवतेज सिंह सिक्का लैके रात नू सौवे ते चेतनता इन्नी इहदी गहरी जागी होवे भी रात इहनू सुते पै नू लखां रुपईआं दीआं थैलियां मिल जाण लखां थैलियां नू वेखे ते सही मगर इहनू गहरी चेतनता च उतरिआ होवे भी मेरे कोल केवल इक सिक्का ही आ ये सब कुछ मैं वैसे वेख रहा ये मेरा नहीं तुसी हुण आस्ट्रेलिया आए हो आखो वाहेगुरु तुहानू ये सुपना होवे तुहाडे अंदर ये दृढ़ता होवे भी मैं सिक्खी लैके आया इंडिया तो घुट के फड़ी होवे दृढ़ करके भी जिदण मैं उत्थों तुरिया मेरे प्यो दादिया ने गल ना ला के मत्था चुम के आखिया सी पुत केस संभाल के रखी आखिया सी कि नहीं बोलो गुरु किस हर धी नू आख्या सी नहीं भी धीए मैं अपनी अखा तो जम के 21 साल पढ़ा के कलेजे ना ला के अज मैं तेनू उस देश च तोरन लगा जिथे मैं तेरे पिछे पहुंच नहीं सकता उथे तू आजाद है मगर एक गल चेते रखी भी मैं तेरी लम्मी गुत तेनू दे के भेजन लगा आखो वाहेगुरु ते आ बच्चों नू ये चेता होवे भी मैं जो इंडिया तो पासपोर्ट लैके चढ़िया वहां तो उदो मेरे मुंह दे उत्ते धाड़ा सी जे ते गल रह गई चेते आखो वाहेगुरु समझ लो तुसी सुपने च भी जाग रहे हो सुपने ने तुहानू समाया नहीं ये सुपने च तुसी सुपना नहीं हो गए बहुत सारिया इत्थे ते नहीं मैनू बहुता कुछ महाराज तुहाडे ते सुख रखे सिक्खी बख्शे तुहानू मैं ते यही प्रचार करन आया मगर जो ब्रैम्पटन च बुरा हाल आ कनेडा का शहर टोरंटो दे विच एक ब्रैम्पटन आ जिथे अज रात नू एयरपोर्ट तो धीआं उतर दियां ते जिन्हां दे नाल बेसमेंट च रहना है वह कहिंदियां एड़ियां नहीं गुत्तां सवेरे कटियां हुंदियां ने पता नहीं कित्थे कूड़े च सुटदियां ने मेरे गुरु दे दित्ते केस केस गुरु दी मोहर बोलो केस गुरु दी मोहर ते कोई मोहरां भी सुटदा इत्थे लिखिया भी यह सुपना है यह जगत एक सुपना है जो सुपना अर पेखना ऐसे जग को जान अगे पढ़े इनमें कछ इनमें कछ साचो नहीं नानक बिन एक श्लोक होर कर लिए निस दिन माया कारने प्राणी डोलत बीत निस दिन अर्थ रात दिन निस मैंने रात दिन मैं दिन
रात नूं भी ते दिने भी बंदा इको चीज लई डोल रहा कादे लई बोलो जी बाणी विच भाई गुरदास ने ते इत्थों तक भी लिखिया भी इस्त्री पुरखे दाम हित बोलो दाम मीन दमड़ा औरत दा ते मर्द दा हुण इको चीज ना प्यार रह गया बोलो तीओ का दिन माया ना इस्त्री पुरखे दाम हित औरत मर्द दा इको चीज प्यार है औरत ने कदी नहीं पुछया मर्द नू सरदार जी तुहाडी तनखाह ते 15,000 रुपया सी तुहाडे कोल 20,000 कित्थों आया नहीं पुछदी दा लगा सगो मर्द नहीं पुछदा औरत नू भी तेरी दिहाड़ी इन्नी बनदी सी तू अज इन्ने पैसे क्यों लियाई एडा छल पाया माया ने अख वाहेगुरु इस्त्री पुरख है दाम हित भावे आए कथाऊ जाई नहीं पता लगा किनू किनू पता लगा हथ खड़ा करो हां जी कथाऊ मन कथां तो जेड़ा नहीं सी कम करना वह भी कम करके आख्या ए माड़े तो माड़ा भी कम कर देने पैसे आजने चाहिए आखो की लिख रहे मालिक निस दिन माया कारने प्राणी डोलत नीत कोटन में नानक को नारायण जह जीत कोटन में नानक को करोड़ा विचो कोई अज नू चेते वाहिगुरु वाह करो चेते करो आखो सतनाम श्री वाहिगुरु कल नू अगले श्लोक 25, 26 ते 27 दी कथा आप जी नाल सांझी गुरु नानक पातशाह गुरु गोबिंद सिंह साहब दी दया नाल सांझी करके फिर आप कोलों सीसा लूंगा 3 दिन दे दीवाना चो 2 दीवान अज संपूर्ण होए है मेरी आत्मा कहिंदी है भी तुसी लाहा लिया है जे बाणी नहीं भी समझ लगी ते जिन्नी वार वाहिगुरु कहा है ना तुसी तुहाडा भला होया है जिन्नी नाम ते आया नानक ते मुख उजले केती छुट्टी प्रभु कै सिमरन गर्भ ना बसै प्रभु कै सिमरन दुख याम नसै प्रभु कै सिमरन काल प्रभु कै सिमरन दुश्मन प्रभु सिमरत किश प्रभु कै सिमरन अनदन जागै प्रभु कै सिमरन भौ ना व्यापै प्रभु कै सिमरन दुख ये सारा कुछ गलों नथ जांदा जे रब दा सिमरन करिए चलो कल दा दिन आण के खूब सिमरन करियो ते अपने चौकीदार नूं भी सीस दियो कदी नदी नाम संजोगी मिले फिर मिलाप होण सारयां दा भला अमृत छकना बहुत जरूरी आ अमृत छको गुरु वाले बणो छेती तो छेती गुरु गोबिंद सिंह साहब दी औलाद बनो जी वाहिगुरु जी का खालसा वाहिगुरु।